ਨਮਸਕਾਰ ਮੈਂ ਹਰਪ੍ਰਮਿੰਦਰ ਕੌਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਲਈ ਐਡਵਾਈਜ਼ਰੀ ਜਾਰੀ ਕਰਕੇ ਇਸ ਵਾਰ ਆਜ਼ਾਦੀ ਦਿਵਸ ਮਾਗਮ ਚ ਵੱਡੇ ਇਕੱਠ ਕਰਨ ਤੋਂ ਗੁਰੇਜ਼ ਕਰਨ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਅਤੇ ਸੁਤੰਤਰਤਾ ਦਿਵਸ ਮਾਗਮ ਨੂੰ ਵੈਬਕਾਸਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਚ ਆਖਿਆ ਗਿਆ ਕਿ ਕਰੋਨਾ ਵਿਰੋਧ ਮੋਰਲੀ ਕਤਾਰ ਵਿੱਚ ਜੰਗ ਲੜਨ ਵਾਲੇ ਡਾਕਟਰਾਂ ਸਿਹਤ ਅਤੇ ਸਫਾਈ ਕਰਮੀਆਂ ਆਦ ਨੂੰ ਉਹਨਾਂ ਦੀਆਂ ਸੇਵਾਵਾਂ ਪ੍ਰਤੀ ਮਾਣ ਬਖਸ਼ਣ ਲਈ ਸੁਤੰਤਰਤਾ ਦਿਵਸ ਮਾਗਮ ਚ ਸੱਦਿਆ ਜਾਵੇ ਇਸ ਤੋਂ ਇਲਾਵਾ ਜੇ ਲੋਕ ਜਿੰਨਾ ਕਰੋਨਾ ਵਾਇਰਸ ਨੂੰ ਮਾਰ ਦਿੱਤੀ ਹੈ ਉਹਨਾਂ ਨੂੰ ਸੁਤੰਤਰਤਾ ਦਿਵਸ ਸਮਾਗਮ ਚ ਸੱਦਾ ਦਿੱਤਾ ਜਾਵੇ ਐਡਵਾਈਜ਼ਰੀ ਚ ਕਿਹਾ ਗਿਆ ਹੈ ਕਿ ਸੁਤੰਤਰਤਾ ਦਿਵਸ ਬੰਦੀ ਸਮਾਗਮ ਅਜੇ ਟੰਗਨਲ ਆਯੋਜਿਤ ਕੀਤੇ ਜਾਣ ਤਾਂ ਜੋ ਲੋਕਾਂ ਦਾ ਵੱਡਾ ਇਕੱਠ ਨਾ ਹੋਵੇ ਅਤੇ ਟੁਕਮੀ ਟੰਗਨਲ ਕੌਮੀ ਦਿਵਸ ਮਨਾਉਣ ਲਈ ਇਸ ਮੌਕੇ ਤੇ ਟੈਕਨੋਲੋਜੀ ਦੀ ਬਿਹਤਰੀਨ ਟੰਗਨਲ ਵਰਤੋਂ ਕੀਤੀ ਜਾਵੇ ਸੁਤੰਤਰਤਾ ਸਮਾਗਮ ਦੇ ਵੈਬਕਾਸਟ ਨਾਲ ਜੋ ਲੋਕ ਇਹਨਾਂ ਸਮਾਗਮਾਂ ਚ ਸ਼ਾਮਿਲ ਨਹੀਂ ਹੋ ਸਕਦੇ ਉਹ ਵੀ ਸਮਾਗਮ ਦੇਖ ਸਕਣਗੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੀ ਕੀ ਆਤਮ ਨਿਰਭਰਪਾ थीम ਨੂੰ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਵੱਖ-ਵੱਖ ਪ੍ਰੋਗਰਾਮਾਂ ਗਤੀਵਿਧੀਆਂ ਤੇ ਸੁਨੇਹਾਂ ਦੇ ਰੂਪ ਚ ਫੈਲਾਉਣ ਲਈ ਵੀ ਕਿਹਾ ਹੈ ਹਰ ਸਾਲ ਸੁਤੰਤਰਤਾ ਦਿਵਸ ਪੂਰੀ ਸ਼ਾਨ ਨੂੰ ਸ਼ੌਕਤ ਅਤੇ ਜੋਸ਼ੋਖ ਰੋਸ਼ਨਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਮੌਕੇ ਦੇ ਹਿਸਾਬ ਨਾਲ ਉਨੀ ਹੀ ਮਹੱਤਤਾ ਨਾਲ ਇਹ ਸਮਾਗਮ ਮਨਾਇਆ ਜਾਵੇ ਐਡਵਾਈਜ਼ਰੀ ਜੇ ਵੀ ਕਿਹਾ ਗਿਆ ਹੈ ਕਿ ਦਿੱਲੀ ਦੇ ਲਾਲ ਕਿਲੇ ਵਿੱਚ ਹੋਣ ਵਾਲੇ ਕੌਮੀ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੌਮੀ ਝੰਡਾ ਲਹਿਰਾਉਣ ਸਮੇਂ ਹਥਿਆਰਬੰਦ ਫੌਜਾਂ ਅਤੇ ਦਿੱਲੀ ਪੁਲਿਸ ਵੱਲੋਂ ਗਾਰਡ ਆਫ ਆਨਰ ਸ਼ਾਮਿਲ ਹੋਵੇਗਾ ਤੇ ਦੀ ਤੋਪਾਂ ਦੀ ਸਲਮਹੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦਾ ਭਾਸ਼ਣ ਹੋਵੇਗਾ ਤੇ ਭਾਸ਼ਣ ਤੋਂ ਤੁਰੰਤ ਬਾਅਦ ਰਾਸ਼ਟਰੀ ਗਾਨ ਅਤੇ ਅੰਤ ਵਿੱਚ ਤਰੰਗੀ ਚੰਡੇ ਦੇ ਰੰਗਾਂ ਵਾਲੇ ਗੁਬਾਰੇ ਛੱਡੇ ਜਾਣਗੇ ਐਟ ਹੋਮ ਸਮਾਗਮ ਰਾਸ਼ਟਰਪਤੀ ਪਮਨਛੋਵੇਗਾ ਚੋਣ ਕਮਿਸ਼ਨ ਨੇ ਕਿਹਾ ਕਿ ਦੇਸ਼ ਚ ਜ਼ਿਮਨੀ ਚੋਣਾਂ ਦੀਆਂ ਤਰੀਖਾਂ ਦਾ ਐਲਾਨ ਸਹੀ ਸਮੇਂ ਤੇ ਕੀਤਾ ਜਾਪੇਗਾ ਚੋਣ ਕਮਿਸ਼ਨ ਦੇ ਬੁਲਾਰੀ ਨੇ ਟਵੀਟ ਕਰਕੇ ਦੱਸਿਆ ਕਿ ਵਿਧਾਨ ਸਭਾ ਤੇ ਪਾਰਲੀਮੈਂਟ ਦੀਆਂ ਜ਼ਿਮਨੀ ਚੋਣਾਂ ਫਿਲਹਾਲ ਟਾਲਣ ਦਾ ਫੈਸਲਾ ਕਮਿਸ਼ਨ ਵੱਲੋਂ ਜ਼ਿਮਨੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ ਚੁਪਿੰਜਾ ਵਿਧਾਨ ਸਭਾ ਹਲਕਿਆਂ ਤੇ ਇੱਕ ਲੋਕ ਜੱਬਾ ਹਲਕੇ ਚ ਜ਼ਿਮਨੀ ਚੋਣਾ ਕਰਵਾਈਆਂ ਜਾਣੀਆਂ ਨੇ ਚੋਣ ਕਮਿਸ਼ਨ ਵੱਲੋਂ ਕੋਵਿਡ ਮਹਾਮਾਰੀ ਤੇ ਹੜਾਂ ਦੀ ਸਥਿਤੀ ਕਾਰਨ ਜ਼ਿਮਨੀ ਚੋਣਾ 7 ਸਤੰਬਰ ਤੱਕ ਟਾਲਣ ਦਾ ਫੈਸਲਾ ਕੀਤਾ ਗਿਆ ਪਰ ਸਰਕਾਰ ਨੇ ਉਹਨਾਂ ਮੁਲਕਾਂ ਤੋਂ ਜਨਤਕ ਰੀਤੇ ਪਾਬੰਦੀ ਲਗਾ ਦਿੱਤੀ ਹੈ ਜਿੰਨਾ ਮੁਲਕਾਂ ਦੀਆਂ ਜ਼ਮੀਨਾਂ ਸਰਹੱਦਾਂ ਪਾਰਤ ਨਾ ਲੱਗਦੀਆਂ ਨੇ ਅਜਿਹਾ ਦੇਸ਼ ਦੀ ਰੱਖਿਆ ਤੇ ਕੌਮੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਕੀਤਾ ਗਿਆ ਖਰਚਾ ਵਿਭਾਗ ਵੱਲੋਂ ਇੱਕ ਵਿਸਥਾਰਿਤ ਹੁਕਮ ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਜਨਰਲ ਵਿੱਤੀ ਨਿਯਮ 2017 ਚ ਸੂਚ ਕਰਕੇ ਪਾਬੰਦੀਆਂ ਲਗਾਈਆਂ ਨੇ ਇਸ ਹੁਕਮ ਚ ਕਿਹਾ ਗਿਆ ਹੈ ਕਿ ਇਹਨਾਂ ਹੁਕਮਨ ਦੇ ਕੋਈ ਵੀ ਬੋਲੀਕਾਰ ਵਸਤਾ ਕੰਸਲਟੈਂਸੀ ਸੇਵਾਵਾਂ ਤੇ ਨਾਨ ਕੰਸਲਟੈਂਸੀ ਸੇਵਾਵਾਂ ਸਮੇਤ ਹੋਰ ਸੇਵਾਵਾਂ ਦੀ ਖਰੀਦ ਵਾਸਤੇ ਬੋਲੀ ਲਈ ਤਾਂ ਹੀ ਯੋਗ ਹੋਣਗੇ ਜਿਉਂ ਕਾਰ ਅਧਿਕਾਰਿਤ ਅਥਾਰਟੀ ਨਾਲ ਰਜਿਸਟਰਡ ਹੋਣਗੇ ਰਜਿਸਟ੍ਰੇਸ਼ਨ ਵਾਸਤੇ ਅਧਿਕਾਰਿਤ ਅਥਾਰਟੀਆਂ ਸਨਤਾਂ ਦੇ ਵਿਕਾਸ ਅਤੇ ਅੰਦਰੂਨੀ ਵਿਪਾਰ ਦੇ ਵਿਕਾਸ ਮੈਕ ਮੇਵਲੋਂ ਗਠਿਤ ਕਮੇਟੀ ਹੋਵੇਗੀ ਬੋਲੀਕਾਰ ਨੂੰ ਵਿਦੇਸ਼ ਵਿਭਾਗ ਪਾਸੋਂ ਰਾਜਨੀਤਿਕ ਕਲੀਅਰੈਂਸ ਅਤੇ ਗ੍ਰਹਿ ਮੰਤਰਾਲੇ ਪਾਸੋਂ ਸੁਰੱਖਿਆ ਕਲੀਅਰੈਂਸ ਲੈਣੀ ਲਾਜ਼ਮੀ ਹੋਵੇਗੀ ਕੇਂਦਰ ਸਰਕਾਰ ਨੇ ਸੂਬਿਆਂ ਦੇ ਮੁਖ ਗਤਰਾ ਨੂੰ ਵੀ ਸੂਬਾ ਸਰਕਾਰ ਅਤੇ ਉਸ ਹੇਠਾਂ ਆਉਣ ਵਾਲੇ ਹੋਰ ਅਦਾਰਿਆਂ ਤੇ ਵੀ ਇਹ ਸੂਕਮ ਨੂੰ ਲਾਗੂ ਕੀਤੇ ਜਾਣ ਲਈ ਖਤ ਲਿਖੇ ਨੇ ਕੇਂਦਰੀ ਵਿੱਤ ਮੰਤਰੀ ਨਰਮਲਾ ਸੀਧਾਰਮਨ ਨੇ ਕਿਹਾ ਕਿ ਕੁਝ ਸੀਮਿਤ ਮਾਮਲਿਆਂ 'ਚ ਛੋਟ ਦਿੱਤੀ ਗਈ ਹੈ ਇਹਨਾਂ ਵਿੱਚ ਇਹ ਸਲ 1 ਦਸੰਬਰ ਤੱਕ ਵਿਸ਼ਵ ਮਹਾਮਾਰੀ ਕੋਵਿਡ ਨੂੰ ਨੀਦੀ ਰੋਕथामਲੀ ਮੈਡੀਕਲ ਸਪਲਾਈ ਦੀ ਖਰੀਦ ਸ਼ਾਮਿਲ ਹੈ ਮੰਤਰਾਲੇ ਨੇ ਕਿਹਾ ਕਿ ਨਵੇਂ ਪ੍ਰਬੰਧ ਸਾਰੇ ਹੀ ਨਵੇਂ ਟੈਂਡਰਾਂ ਤੇ ਲਾਗੂ ਹੋਣਗੇ ਜੇ ਟੈਂਡਰ ਪਹਿਲੋਂ ਹੀ ਮੰਗੇ ਜਾ ਚੁੱਕੇ ਨੇ ਉਸ ਸੂਰਤ ਵਿੱਚ ਉਸ ਸੂਰਤ ਵਿੱਚ ਜੇ ਯੋਗਤਾ ਦੇ ਮੁਲਾਂਕਣ ਦਾ ਪਹਿਲਾ ਪੜਾ ਮੁਕੰਮਲ ਨਹੀਂ ਹੋਇਆ ਤੇ ਬੋਲੀਕਾਰ ਨਵੇਂ ਹੁਕਮ ਰਜਿਸਟਰਡ ਨਹੀਂ ਹਨ ਉਹਨਾਂ ਨੂੰ ਅਯੋਗ ਸਮਝਿਆ ਜਾਵੇਗਾ ਜੇ ਪਹਿਲਾ ਪੜਾ ਲੰਘ ਚੁੱਕੇ ਨੇ ਤਾਂ ਟੈਂਡਰ ਕੈਨਸਲ ਕੀਤੇ ਜਾਣਗੇ ਤੇ ਸਾਰਾ ਅਮਲ ਨਵੇਂ ਸਿਰਿਓਂ ਹੋਵੇਗਾ ਕੋਵਿਡ ਮਹਾਮਾਰੀ ਦੇ ਚੱਲਦਿਆਂ ਸੂਬੇ 'ਚ ਨਿਵੇਸ਼ ਨੂੰ ਹੁਲਾਰਾ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਤਾਨਾਂ ਨੂੰ ਕਈ ਤਰ੍ਹਾਂ ਦੀਆਂ ਛੋਟਾਂ ਦੇਣ ਦਾ ਐਲਾਨ ਕੀਤਾ ਗਿਆ ਜਿਨ੍ਹਾਂ 'ਚ ਬਿਨਾਂ ਨਰੀਖਣ ਦੇ ਕਾਨੂੰਨੀ ਮਨਜ਼ੂਰੀਆਂ ਦੀ ਮਿਆਦ ਵਧਾਉਣਾ ਵੀ ਸ਼ਾਮਲ ਹੈ ਮੁੱਖ ਮੰਤਰੀ ਦੇ ਹੁਕਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਪਣੀ 184ਵੀਂ ਮੀਟਿੰਗ ਦੌਰਾਨ ਇਸ ਸੰਬੰਧੀ ਵਿਸਤਾਰਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੀ ਨੇ ਦੱਸਿਆ ਕਿ ਇਹ ਕਦਮ ਕਰੋਨਾ ਮਹਾਮਾਰੀ ਦੇ ਮੁਸ਼ਕਲ ਹਾਲਾਤਾਂ 'ਚ ਕਾਨੂੰਨੀ ਪ੍ਰਵਾਨਗੀਆਂ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ ਕਹੇ ਕਿ ਨਾ ਛੋਟਾਂ ਨਾਲ ਸੂਬੇ ਚ ਨਿਰਵਿਘਨ ਪੂੰਜੀਕਰਨ ਨੂੰ ਹੁਲਾਰਾ ਮਿਲੇਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਐਸਐਸ ਮਰਵਾਹਣੀ ਨੇ ਕਿਹਾ ਕਿ ਕੋਵਿਡ ਸੰਕਰਦੇ ਮੱਦੇ ਨਜ਼ਰ ਸਨਤਦੀ ਸਥਾਪਨਾ ਜਾਂ ਸਨਤ ਚਲਾਉਣ ਦੀ ਸਹਿਮਤੀ ਦੀ ਮਿਆਦ ਅਧਿਕਾਰ ਰਜਿਸਟ੍ਰੇਸ਼ਨ ਅਤੇ ਕਈ ਹੋਰ ਜ਼ਰੂਰੀ ਪਰਵਾਨਗੀਆਂ ਦਾ ਸਮਾਂ 30 ਜੂਨ 2020 ਤੱਕ ਵਧਾਇਆ ਗਿਆ ਸੀ ਤੇ ਹੁਣ ਇਹਨਾਂ ਪਰਵਾਨਗੀਆਂ ਦੀ ਮਿਆਦ ਹੋਰ ਵਧਾਉਂਦੇ 31 ਮਾਰਚ 2021 ਕਰ ਦਿੱਤੀ ਗਈ ਹੈ ਇਸ ਲਈ ਕੁਝ ਸ਼ਰਤਾਂ ਨਾਲ ਅਰਜ਼ੀ ਦੇਣੀ ਹੋਵੇਗੀ ਤੇ ਬੋਰਡ ਵੱਲੋਂ ਕੋਈ ਨਰੀਖਣ ਨਹੀਂ ਕੀਤਾ ਜਾਪੇਗਾ ਚੇਅਰਮੈਨ ਨੇ ਕਿਹਾ ਕਿ ਵਾਤਾਵਰਣ ਸੰਬੰਧੀ ਨਿਯਮਾਂ ਦੀ ਪਾਗੀਦਾਰੀ ਰੈਗੂਲੇਟਰੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਬੋਰਡ ਦੀ ਸਹਿਮਤੀ ਤੋਂ ਬਿਨਾਂ ਚੱਲ ਰਹੇ ਉਦਯੋਗਾਂ ਨਾਲ ਸਵੈ ਇਚੋ ਪ੍ਰੋਟੋਕਾਲਸ ਕੀ ਮਦੀਨ ਪਰਵਾਨੀਆਂ ਲੈਣ ਲਈ ਅਰਜ਼ੀਆਂ ਦੇਣ ਲਈ ਸਮਾਂ 31 ਦਸੰਬਰ 2020 ਤੱਕ ਵਧਾ ਦਿੱਤਾ ਗਿਆ ਹੈ ਉਨ੍ਹਾਂ ਕਿ ਕਿ 1 ਨਵੰਬਰ 2018 ਤੋਂ ਪਹਿਲਾਂ ਸਹਿਮਤੀ ਫੀਸ ਜਮ੍ਹਾਂ ਕਰਾਉਣ ਅਤੇ ਇੱਕ ਮੁਸ਼ਤ ਅਨੁਮਾਨਿਤ ਫੀਸ 5000 ਰੁਪਏ ਦਾ ਭੁਗਤਾਨ ਕਰਨ ਲਈ ਛੋਟ ਦੇ ਨਾਲ ਅਜਿਹਾ ਕਰ ਸਕਦੇ ਨੇ ਇਸ ਤੋਂ ਇਲਾਵਾ ਵਾਟਰ ਐਕਟ 1974 ਅਧੀਨ ਸਹਿਮਤੀ ਪ੍ਰਾਪਤ ਕਰਨ ਲਈ ਟੰਦੇ ਪੱਠਿਆਂ ਦੀ ਸਹੂਲਤ ਵਾਸਤੇ ਉਨ੍ਹਾਂ ਦੇ ਮਾਲਕਾਂ ਨੂੰ ਪਹਿਲੀ 2018 ਤੋਂ ਪਹਿਲਾਂ ਬਲੀ ਸਹਿਮਤੀ ਫੀਸ ਜਮ੍ਹਾਂ ਕਰਾਉਣ ਤੋਂ ਛੋਟ ਦਿੱਤੀ ਗਈ ਹੈ ਇਸ ਦੇ ਦੌਰਾਨ ਸਾਇੰਸ ਤੇ ਟੈਕਨੋਲੋਜੀ ਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਕਰਤਰ ਅਲੋਕ ਸ਼ੇਖਰ ਨੇ ਕਿਹਾ ਕਿ ਇਹ ਕਦਮੀਆਂ ਉਦਯੋਗਾਂ ਨੂੰ ਉਹਨਾਂ ਦੀਆਂ ਰੈਗੂਲੇਟਰੀ ਪਾਲਣਾ ਨੂੰ ਪੂਰਾ ਕਰਨ 'ਚ ਵੱਡੀ ਸਹਾਇਤਾ ਕਰਨਗੀਆਂ ਤੇ ਇਸ ਔਕੇ ਸਮੇਂ 'ਚ ਛੋਟੇ ਉਦਯੋਗਾਂ ਦੀ ਨਿਯਮਿਤ ਵਿਕਾਸਾ ਨੂੰ ਵਧਾਉਣਗੇ